ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਾਂ ਚੱਲੇ ਹਾਂ ਜੀ ਫਿਰ ਕਾਕੇ ਨੂੰ ਦੇਖਾਂ, ਅਤੇ ਗੁਰਬਰ ਗੁੱਸੇ ਹੋ ਜਾਵਾ ਅਤੇ ਮੇਰੇ ਸ਼ਰੀਆ ਮਾਰ ਲੱਗਾ। ਨਾ ਨਾ, ਇਹ ਬੜਾ ਗੁੱਸੇ ਖੋਰਾ ਬੰਦਾ ਵਾ। ਚੱਲ ਬਾਹਰ ਰੱਖਿਆ, ਬਾਹਰ ਰੱਖਿਆ, ਬਾਹਰ ਰੱਖਿਆ। ਕੀ ਕਹਿੰਦਾ ਮੈਨੇਜਰ? ਕਹਿੰਦੇ ਕਿ ਜਿਹੜਾ ਮੈਂਬਰ ਇੱਕ ਫੀਚਰ ਆ ਨਾ ਯੂਟਿਊਬ ਦੇ ਉੱਪਰ, ਕਿ ਮੈਂਬਰਸ ਲਈ ਆਪਾਂ ਅਲੱਗ ਤੋਂ ਕਰ ਸਕਦੇ ਹਾਂ ਕੁਛ, ਜਿਵੇਂ ਮਤਲਬ ਉਹਨਾਂ ਨੇ ਖਰੀਦਣਾ ਹੁੰਦਾ, ਜਿੱਦਾਂ ਆਪਾਂ ਡਿਸ਼ ਦੇ ਉੱਪਰ ਚੈਨਲ ਨਹੀਂ ਲੈਂਦੇ 29 ਰੁਪਈਏ ਦਾ ਹੈ ਨਾ, ਜਾਂ ਕਿੱਦਾਂ ਵਾ ਆਪਾਂ ਜਿਹੜਾ ਵਾ ਸਟਾਰਟਿੰਗ ਬਜਟ ਉਹ 29 ਰੁਪਏ ਤੋਂ ਯੂਟਿਊਬ ਨੇ ਸਟਾਰਟ ਕੀਤਾ ਵਾ, ਅਤੇ ਉਹ ਵਾਲਾ ਸਟਾਰਟ ਕੀਤਾ ਨਾ, ਅਤੇ ਉਹ ਕਹਿੰਦੇ ਕਿ ਉਹਦੇ 'ਤੇ ਕੋਈ ਨਾ ਕੋਈ ਵੀਡੀਓ ਪਾ ਦਿਓ। ਅਤੇ ਮੈਂ ਪਤਾ ਕੀ ਸੋਚਣ ਡੀ ਹਾਂ ਕਿ ਉਹਦੇ 'ਤੇ ਪਾ ਦਿੰਦੇ ਆ ਸੋਨੂ ਦੇ ਬੇਟੇ ਦਾ ਫੇਸ ਸਾਰਾ ਕੁਛ ਹੈ ਨਾ, ਅਤੇ ਜਿਹੜਾ ਮੈਂਬਰਸ਼ਿਪ ਖਰੀਦ ਲੂਗਾ ਉਹ ਵੇਖ ਲੂਗਾ। ਅਤੇ ਪੰਜਾਬੀ ਲਾਈਫ 'ਤੇ ਵੀ ਆਉਣ ਨਾ, ਇਹ ਮੈਂਬਰਸ਼ਿਪ ਅਤੇ ਬਲਜੀਤ ਮਾਨਵੀ 'ਤੇ ਵੀ ਆਉਣਾ, ਅਤੇ ਦੋਨਾਂ ਚੈਨਲਾਂ 'ਤੇ ਪਾਉਣੀ ਆ ਆਪਾਂ ਹੈ ਨਾ, ਉਹਦੇ 'ਤੇ ਅਲੱਗ ਮੂਵਮੈਂਟ ਪਾਵਾਂਗੇ ਉਹਦੀਆਂ, ਅਤੇ ਉਹਦੇ 'ਤੇ ਅਲੱਗ ਮੂਵਮੈਂਟ ਪਾਵਾਂਗੀਆਂ, ਅਤੇ ਹੈ ਨਾ, ਅਤੇ ਸਾਥ ਦਿਓ, ਅਤੇ ਇਹ ਮੈਂਬਰਸ਼ਿਪ ਜਿਹੜੀ ਉਹ ਪਲੀਜ਼ ਪਰਚੇਜ ਕਰ ਲਓ, ਕੋਈ ਏਡਾ ਨਹੀਂ 29 ਰੁਪਈਏ ਆ, ਭਾਵੇਂ ਜਸਟ 1 ਮਹੀਨੇ ਲਈ ਕਰ ਲਓ ਹੈ ਨਾ, ਉਹੀ ਤੁਹਾਡਾ ਸਾਡਾ ਅਤੇ ਤੁਹਾਡਾ ਪੈਰਾ। ਹੁਣ ਯੂਟਿਊਬ ਨਾ ਉਹਦੇ ਲਈ ਬੜਾ ਫੋਰਸ ਕਰਨ ਡਿਆ ਆ, ਚੈਨਲ ਦੀ ਰੀਚ ਵੀ ਡਾਊਨ ਕੀਤੀ ਆ ਉਹਨੇ, ਕਿ ਤੁਹਾਨੂੰ ਉਹ ਜਿਹੜਾ ਵਾ ਔਨ ਉਹ ਕਰਨਾ ਹੀ ਪੈਣਾ ਵਾ ਹੈ ਨਾ, ਅਤੇ ਉਹਦੀ ਜਿਹੜੀ ਵੀਡੀਓ ਪਾਉਣੀ ਆ ਉਹ ਸਿਰਫ ਮੈਂਬਰ ਜਿਹੜੇ ਮੈਂਬਰ ਬਣਨਗੇ ਅਤੇ 29 ਰੁਪਈਏ ਵਾਲਾ ਖਰੀਦਣਗੇ ਉਹਨਾਂ ਨੂੰ ਹੀ ਮਿਲਣੀ ਆ, ਮਤਲਬ ਵੇਖ ਸਕਦੇ ਆ ਉਹ। ਉਹਦੇ 'ਤੇ ਆਪਾਂ ਮਤਲਬ ਸਪੈਸ਼ਲ ਉਹਨਾਂ ਲਈ ਲਾਈਵ ਹੋ ਸਕਦੇ ਹਾਂ, ਜਿੱਦਾਂ ਸਾਰੇ ਜਣੇ ਫੋਨ ਨੰਬਰ ਮੰਗਦੇ ਰਹਿੰਦੇ ਉਹ ਆਪਾਂ ਨਹੀਂ ਦੇ ਸਕਦੇ ਹੈ ਨਾ, ਅਤੇ ਉਹਦੇ 'ਤੇ ਇੱਦਾਂ ਵਾ ਵੀ ਜਦੋਂ ਉਹ ਕਹਿਣਗੇ ਆਪਣੇ ਮੌਕੇ ਦੇ ਅਕੋਰਡਿੰਗਲੀ ਉਦੋਂ ਬੰਦਾ ਉਹਨਾਂ ਲਈ ਮਤਲਬ ਸਪੈਸ਼ਲ ਚੀਜ਼ਾਂ ਹੋ ਸਕਦੀਆਂ ਵਾ ਵੀ ਸਾਰਿਆਂ ਨਾਲੋਂ ਹਟ ਕੇ। ਅਤੇ ਗੁਰਵਰ ਸ਼ਰੀਆ ਫੜਾ ਪੁੱਤ, ਤਿਆਰ ਕੀਤਾ ਵਾ, ਤੇ ਇੱਧਰ ਪਈ ਆ ਸੋਨ ਸਾਨ ਆ ਸੋਨ ਦਾ ਕਮਰਾ, ਨਿਆਣੇ ਸਾਡੇ ਇੱਥੇ ਕਮਰੇ ਚ ਜਾ ਕੇ ਇੱਥੇ ਮੇਰੀ ਚਾਚੀ ਲੰਮੇ ਪਈ ਹੁੰਦੀ, ਇੱਥੇ ਮੇਰਾ ਚਾਚੂ ਲੰਮੇ ਪਿਆ ਹੁੰਦਾ ਹੈਗਾ, ਇੱਦਾਂ ਕਰਦੀ ਰਹਿੰਦੀ ਆ, ਅਤੇ ਅਸੀਂ ਬੜੇ ਮਤਲਬ ਸੱਸੋ ਪੰਜੇ ਵਿੱਚ ਪਏ ਹਾਂ। ਦਾਦਕੇ ਕਹਿੰਦੇ ਅਸੀਂ ਖਾਣਾ ਵਾ ਕਾਕਾ ਸਾਡਾ ਵਾ, ਅਤੇ ਅਸੀਂ ਕਹਿੰਦੇ ਹਾਂ ਵੀ ਸਾਡਾ ਵਾ, ਅਤੇ ਜਿਹੜੇ ਸਾਨੂੰ ਭੈਣ ਭਰਾ ਵੇਖਦੇ ਆ ਉਹਨਾਂ ਸਾਰਿਆਂ ਦਾ ਵਾ। ਬਾਹਰ ਕੀ ਬਾਹਰ ਮਊ ਮਊ ਆ ਗਿਆ, ਮਊ 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 ਆ ਗਿਆ, ਛੱਡ 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 ਪੁੱਤੂ, ਮਊ ਆ ਗਿਆ, ਮਊ ਆ ਗਿਆ, ਬਹੁਤ ਖਤਰਨਾਕ ਹਥਿਆਰ ਆ ਲੋਹਾ ਵਾ, ਅਤੇ ਜਿੱਥੇ ਵੱਜ ਗਿਆ ਅਤੇ ਉੱਥੇ ਇੱਕ ਨੁਕਸਾਨ ਕਰਨਾ ਇਹਨੇ, ਤਾਂ ਵੇਖੋ ਕੀ ਕਰਨ ਡਿਆ ਜੀ ਇਹਦੇ, ਆਹ ਵੇ ਆਹ ਨਾ ਬੱਤੇ ਚੱਲੀ ਹੋ ਜਾਣ ਜਾਣ ਕਾਕੇ ਕਿਉਂ ਨਹੀਂ ਜਾਣਾ, ਜੀ ਜਾਣਾ ਕਾਕੇ ਦਾਫੀ ਲੈਣ, ਕਾਕੇ ਵੀ ਜਾਣਾ, ਕਾਕੇ ਵੀ ਜਾਣਾ ਵਾ, ਆਪਾਂ ਰਾਜਾ ਬਣਾਇਆ ਸੀ ਇਹਨੂੰ ਹੈ ਨਾ, ਇਹ ਵੀ ਬੜਾ ਸੋਹਣਾ ਸੀ ਇਹਦਾ, ਇਹਦੇ ਕਰਕੇ ਹੀ ਸਾਡੇ ਘਰਾਂ ਦੇ ਵਿੱਚ ਨਿਆਣੇ ਆਏ ਆ, ਕਾਕਾ ਵੀ ਇੱਦਾਂ ਦਾ ਹੀ ਆ, ਕਾਕਾ ਵੀ ਇੱਦਾਂ ਦਾ ਹੀ ਆ, ਇਹਨੂੰ ਇਹਦੇ ਰਹੇ ਨਾ ਆਪਾਂ ਵਿਖਾਉਂਦੇ ਰਹੇ, ਇੱਦਾਂ ਹੀ ਆਉਂਦੀਆਂ ਵੀ ਗੱਲਾਂ ਕੁਝ, ਅਤੇ
ਤੇ ਸਾਰੇ ਭੈਣ ਭਰਾ ਲੈਂਦੇ ਸੀ। ਅਸਲੀ ਕਾਕਾ ਲੈ ਉਹ ਸਾਨੂੰ ਤਾਂ ਬੜੀ ਜ਼ਿਆਦਾ ਗੇਟ ਸੀ। ਚੱਲ ਹੁਣ ਸਾਡਾ ਅਸਲੀ ਕਾਕਾ ਆ ਗਿਆ ਤੇ ਇਹਨੂੰ ਵੀ ਤੁਸੀਂ ਹੁਣ ਟੋਪੀ ਤੋਂ ਬਿਨਾਂ ਵੇਖ ਸਕਦੇ ਹੋ। ਸਾਰੇ ਕਹਿੰਦੇ ਗਰਮੀਆਂ ਵਾਲੇ ਕੱਪੜੇ ਆ ਤੇ ਪਹਿਲਾਂ ਲਿਆ ਕੇ ਅਸੀਂ ਇਹਨੂੰ ਪਾ ਤੇ ਫਿਰ ਹੁਣ ਆਪਾਂ ਰਾਜੇ ਨੂੰ ਪਾ ਤੇ। ਆ ਵੇਖੋ ਇਹਦਾ ਕਾਕਾ ਨੁੱਛਿਆ ਲੈ ਕਾਕੇ ਨੂੰ ਨੀ ਨਿਕਾਲ ਲੈਣਾ। ਓਕੇ ਜੀ ਬਾਕੀ ਇਹ ਨਾ ਇਹ ਇਹਨੂੰ ਵੇਂਦਾ ਰਿਹਾ ਇਹਦੇ ਤੋਂ ਬਾਅਦ ਹਨਾ ਉਹੀ ਕਾਕਾ ਆਇਆ ਨਾ ਤੇ ਇਹ ਜਿਹੜਾ ਸਖਤ ਆ ਇੱਦਾਂ ਕਰਦੇ ਗੁਰੂਵਰ ਉਹਦੀਆਂ ਗੱਲਾਂ ਨੂੰ ਹੱਥ ਲਾ ਕੇ ਵੇਖਦਾ ਵੀ ਉਹ ਤੇ ਬੜਾ ਪੋਲਾ ਜਿਹਾ ਵਾ ਤੇ ਰਾਜਾ ਬੜਾ ਸਖਤ ਜਿਹਾ ਵਾ ਹਨਾ ਵੀ ਅਲੇ ਰਾਜੇ ਨੂੰ ਚਲੋ ਫਿਰ ਹੋ ਜਾਈਏ ਤਿਆਰ ਚੱਲੀਏ। ਕੌਣ ਆਇਆ ਸ਼ੈਲੀ ਨੇ ਕਾਕਾ ਚੁੱਕ ਲਿਆ ਜੀ ਕਾਕਾ ਚੁੱਕ ਲਿਆ ਜੀ ਸ਼ੈਲੀ ਨੇ ਤੂੰ ਨਾ ਜਾ ਤੂੰ ਕਿੱਥੇ ਬਹਿਣਾ ਹੁਣ ਇਹ ਡੇਗ ਪੜਾਈ ਮੰਨੇ ਹੁਣ ਤੇ ਹੁਣ ਮਿਲਣਾ ਇਹ ਆ ਕਾਕੇ ਨੂੰ ਸ਼ੈਲੀ ਕਾਕੇ ਦੀ ਭੈਣ ਤੇ ਰਾਣੀ ਦੀਦੀ ਆਏ ਆ ਤੇ ਅੰਮ੍ਰਿਤ ਗੁਰਤਾਜ ਗੁਰਤਾਜ ਕੁੜੀ ਬਣਿਆ ਵਾ ਅੱਜ ਗੁਰਤਾਜ ਕੌਰ ਤੇ ਕਾਕੇ ਦੀ ਤਾਈ ਅੰਮਾ ਢੱਕ ਦੇ ਗੁਰੂ ਥੋੜਾ ਪੈਂਦਾ ਕੌਣ ਵਾ ਗੁਰੂ ਜੀ ਗੁਰੂ ਕੌਣ ਕਿਸੇ ਨੀ ਕਰਦਾ ਏ ਉਂਗਲ ਹੀ ਲਾ ਲਾ ਵੇਂਦਾ ਵਾ ਹਜੇ ਤੇ ਨਹੀਂ ਲਾਉਣੀ ਉਂਗਲ ਨਾ ਪਤਾ ਕੀ ਓ ਕਾਕੇ ਦਾ ਨਾਂ ਕੀ ਗੁਰ ਗੁਰ ਤੇ ਉਹ ਦੱਸ ਕੀ ਕਿਹਦਾ ਕਾਕਾ ਵਾ ਗੁਰੂ ਜੀ ਗੁਰ ਬੇਬੀ ਕਿਹਦਾ ਵਾ ਕੀ ਆ ਅੱਛਾ ਏ ਬੀ ਸੀ ਆ ਈ ਓ ਬਸ ਕੋਈ ਸ਼ਰੀਫ ਬੱਚਾ ਨੀ ਵੇਖ ਗਿਆ ਤੜਫਦਾ ਕਾਕਾ ਭਲਮਾਨ ਸੀ ਵਰਤ ਗਿਆ ਓਦਾ ਅੱਜ ਤੀਜਾ ਦਿਨ ਵਾ ਆਪਰੇਟ ਨੂੰ ਏਦਾਂ ਲੱਗਣਾ ਜਿੱਦਾਂ ਪਤਾ ਨੀ ਬੜੇ ਦਿਨ ਹੋ ਗਏ ਹੁੰਦੇ ਜੇਲ੍ਹ ਜਿਹਾ ਲੱਗਣ ਡਿਆ ਜੀ ਚੋਰ ਚੱਲ ਗਈ ਚ
ਚਾਬੀ ਦੂਰ ਨਹੀਂ ਲਗਵਾਇਆ, ਪਜਾਮਾ ਦਾ ਢੱਗਣ ਦਾ ਕਰ ਦਿੰਦਾ ਇਹਨੇ ਚਪਮਾ ਉਹ ਰੱਖਿਆ ਉੱਤੇ। ਕੋਈ ਗੱਲ ਨਹੀਂ, ਗੁਰੂ ਰੋ ਲਿਆ ਗੁਰੂ ਜੀ ਕੀ ਕਰ ਪਾਪੇ ਵਾਲੀ ਮਹਾਨ ਹਸਤੀ ਹਾਜ਼ਰ ਹੈ। ਕੌਣ ਹੈ ਤਾਜ, ਕੌਣ ਹੈ ਆਪਰੇਸ਼ਨ ਥੀਏਟਰ ਚ ਗੁਰਤਾਜ ਕੌਣ ਆ, ਗੁਰਤਾਜ ਜਿਦਾ ਦੂਸਰੀ ਕੰਟਰੀ ਵਿਚ ਜਾਓ ਤੇ ਦਿਨ ਰਾਤ ਦਾ ਫਰਕ ਹੋ ਜਾਂਦਾ, ਇਹ ਵੀ ਤੇ ਦੂਸਰੀ ਕੰਟਰੀ ਚ ਆਇਆ। Thank you.